ਸਾਰਿਆਂ ਨੂੰ ਪ੍ਰਭਜੋ ਸੰਧੂ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਮੈਂ ਬਣਾਉਣ ਜਾ ਰਹੀ ਹਾਂ ਮੂੰਗੀ ਮਸਰਾਂ ਦੀ ਦਾਲ, ਅਤੇ ਉਹ ਵੀ ਤੌੜੀ ਵਿੱਚ। ਇਹ ਮੇਰੇ ਬੇਟੇ ਦੀ ਫਰਮਾਇਸ਼ ਹੈ, ਕਿਉਂਕਿ ਉਹਨੂੰ ਤੌੜੀ ਦੀ ਦਾਲ ਬਹੁਤ ਸਵਾਦ ਲੱਗਦੀ ਹੈ। ਅਤੇ ਉਹਦੇ ਵਾਸਤੇ ਮੈਂ ਕੀ ਲਿਆ, ਅਦਰਕ ਲਿਆ, ਲਸਣ, ਪਿਆਜ਼ ਅਤੇ ਟਮਾਟਰ ਅਤੇ ਧਨੀਆ ਅਤੇ ਇੱਕ ਵੱਡਾ ਚਮਚ ਜੀਰੇ ਦਾ। ਤੌੜੀ ਮੈਂ ਧਰ ਚੁੱਕੀ ਚੁੱਲ੍ਹੇ 'ਤੇ, ਪਾਣੀ ਪਾ ਕੇ ਦੋ ਵੱਡੇ ਕੋਲੇ ਪਾਣੀ ਦੇ ਪਾਏ ਆ। ਠੀਕ ਹੈ, ਤਾਂ ਆਓ ਤੁਹਾਨੂੰ ਮੈਂ ਵਿਖਾਉਂਦੀ ਹਾਂ ਕਿ ਤੌੜੀ 'ਚ ਕਿਵੇਂ ਬਣਾਉਣ ਲੱਗੀ ਮੈਂ ਦਾਲ। ਆਹ ਵੇਖੋ ਜੀ, ਪਾਣੀ ਰਿੱਝ ਰਿਹਾ ਜਿਹੜਾ ਮੈਂ ਵਿੱਚ ਪਾਇਆ ਸੀ, ਦੋ ਕੋਲੇ ਪਾਣੀ ਦੇ। ਅਤੇ ਹੁਣ ਮੈਂ ਪਾਉਣ ਲੱਗੀ ਹਾਂ ਦਾਲ ਵਿੱਚ। ਠੀਕ ਹੈ, ਦਾਲ ਮੈਂ ਪਾ ਦਿੱਤੀ, ਹੁਣ ਪਾਉਣ ਲੱਗੀ ਹਾਂ ਜੀਰਾ ਅਤੇ ਬਾਕੀ ਦਾ ਸਮਾਨ, ਪਿਆਜ਼, ਲਸਣ, ਅਦਰਕ, ਟਮਾਟਰ, ਇਹ ਨਾਲ ਹੀ ਪਾ ਦੇਣਾ ਸਾਰਾ ਕੁਛ। ਮੈਂ ਵਿੱਚ ਪਾਉਣ ਲੱਗੀ ਇੱਕ ਚਮਚ ਦੇਸੀ ਘਿਓ ਦਾ, ਇਸ ਕਰਕੇ ਕਿ ਦਾਲ ਬਾਹਰ ਉਬਲ ਉਬਲ ਕੇ ਨਾ ਆਵੇ, ਯਾਨੀ ਇਹ ਉਬਾਲੇ ਮਾਰਦੀ ਹੁੰਦੀ ਨਾ ਬਾਹਰ, ਇਸ ਕਰਕੇ ਇਸ ਚੀਜ਼ ਨੂੰ ਰੋਕਣ ਲਈ ਪਾਇਆ। ਅਤੇ ਜਿਹੜੇ ਲੋਕ ਲਸਣ ਪਿਆਜ਼ ਨਹੀਂ ਖਾਂਦੇ, ਉਹ ਇਕੱਲੇ ਜੀਰੇ ਦਾ ਜੀਰਾ ਪਾ ਕੇ ਵੀ ਬਣਾ ਸਕਦੇ ਆ, ਬਹੁਤ ਵਧੀਆ ਬਣਦੀ ਹੈ ਦਾਲ ਇਹ। ਹੁਣ ਮੈਂ ਪਾਵਾਂਗੀ ਮਸਾਲੇ, ਪਾ ਰਹੀ ਹਾਂ ਜੀ ਹਲਦੀ ਤਕਰੀਬਨ ਡੇਢ ਕੁ ਚਮਚ, ਅਤੇ ਨਮਕ ਮੈਂ ਥੋੜ੍ਹਾ ਪਾਵਾਂਗੀ, ਕਿਉਂਕਿ ਮੈਂ ਹਰੀ ਮਿਰਚ ਰਗੜਨੀ ਆ, ਉਹ ਬਾਅਦ 'ਚੋਂ ਪਾਉਣੀ ਆ, ਅਤੇ ਉਹਦੇ ਵਾਸਤੇ ਨਮਕ ਚਾਹੀਦਾ ਹੋਏਗਾ ਉਹਨੂੰ ਬਰੀਕ ਕਰਨ ਵਾਸਤੇ, ਇਸ ਕਰਕੇ ਨਮਕ ਥੋੜ੍ਹਾ ਜਿਹਾ ਅਤੇ ਥੋੜ੍ਹੀ ਜਿਹੀ ਲਾਲ ਮਿਰਚ। ਗਰਮ ਮਸਾਲਾ ਪਾਵਾਂਗੇ ਜੋ ਦਾਲ ਬਣ ਜਾਏਗੀ, ਗਰਮ ਮਸਾਲਾ ਅਤੇ ਧਨੀਆ ਬਾਅਦ ਵਿੱਚ। ਕੁੱਟਣ ਲੱਗੀ ਹਾਂ ਜੀ ਮਿਰਚਾਂ, ਨਮਕ ਪਾ ਕੇ ਇਹਨਾਂ ਨੂੰ ਐਂ ਬਰੀਕ ਕਰ ਲੈਣਾ, ਕਿਉਂਕਿ ਦਾਲ ਆਲਮੋਸਟ ਬਣ ਚੁੱਕੀ ਆ, ਬਸ ਮਿਰਚਾਂ ਅਤੇ ਗਰਮ ਮਸਾਲਾ ਪਾਉਣਾ ਇਹਦੇ 'ਚ। ਮਿਰਚਾਂ ਗਈਆਂ ਪੇਸਟ, ਪਾ ਰਹੀ ਹਾਂ ਦਾਲ 'ਚ, ਦਾਲ ਰਿੱਝਦੀ ਪਈ ਹੈ ਜੀ, ਬਸ ਥੋੜ੍ਹਾ ਜਿਹਾ ਹੀ ਰਹਿ ਗਿਆ ਬਣਨ 'ਚ, ਥੋੜ੍ਹੀ ਜਿਹੀ ਕਸਰ ਰਹਿ ਗਈ। ਅਤੇ ਹੁਣ ਪਾ ਦਿੰਦੇ ਥੋੜ੍ਹਾ ਜਿਹਾ ਗਰਮ ਮਸਾਲਾ, ਦਾਲ ਹੋ ਗਈ ਹੈ ਤਿਆਰ, ਮੈਂ ਪਾ ਦੇਣ ਲੱਗੀ ਧਨੀਆ ਵਿੱਚ। ਹੋ ਗਈ ਹੈ ਤੌੜੀ ਦੀ ਸਵਾਦਿਸ਼ਟ ਦਾਲ ਤਿਆਰ, ਅਤੇ ਇਹ ਬਹੁਤ ਹੀ ਪੌਸ਼ਟਿਕ ਵੀ ਆ, ਬਹੁਤ ਸਿਹਤ ਭਰਪੂਰ। ਅਤੇ ਸਾਡੀਆਂ ਸਾਰੀਆਂ ਬੀਬੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ, ਜਿਹੜੀਆਂ ਸ਼ਹਿਰਾਂ ਵਿੱਚ ਵੀ ਰਹਿੰਦੀਆਂ, ਕਿ ਕੁੱਕਰ ਨਾਲੋਂ ਇਹਦੇ ਵਿੱਚ ਤੌੜੀ ਵਿੱਚ ਦਾਲ ਸਵਾਦ ਬਣਦੀ ਆ। ਅੱਜ ਕੱਲ੍ਹ ਤਾਂ ਤੌੜੀਆਂ ਆ ਗਈਆਂ ਜਿਹੜੀਆਂ ਗੈਸ 'ਤੇ ਵੀ ਚੱਲਦੀਆਂ, ਜ਼ਰੂਰੀ ਨਹੀਂ ਚੁੱਲ੍ਹਾ ਬਾਲਣਾ, ਅਤੇ ਜਿਹੜੇ ਚੁੱਲ੍ਹਾ ਬਾਲ ਸਕਦੀਆਂ ਉਹ ਚੁੱਲ੍ਹੇ 'ਤੇ ਬਣਾ ਲੈਣ। ਅਤੇ ਅੱਜ ਦੀ ਮੇਰੀ ਵੀਡੀਓ ਸੀ ਬਸ ਇੱਥੋਂ ਤੱਕਰ, ਉਮੀਦ ਹੈ ਕਿ ਤੁਹਾਨੂੰ ਮੇਰੀ ਕੋਸ਼ਿਸ਼ ਪਸੰਦ ਆਈ ਹੋਏਗੀ। ਅਤੇ ਮੈਂ ਤੁਹਾਨੂੰ ਬਸ ਇਹੀ ਕਹਾਂਗੀ ਕਿ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਤਾਂ ਮਿਹਰਬਾਨੀ ਕਰਕੇ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ, ਤਾਂ ਜੋ ਮੈਂ ਹੋਰ ਵੀ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲਿਆ ਸਕਾਂ। ਵੀਡੀਓ ਵੇਖਣ ਲਈ ਬਹੁਤ ਬਹੁਤ ਮਿਹਰਬਾਨੀ, ਧੰਨਵਾਦ।